ਅਸਲਾਮ ਅਲੈਕਮ ਜੀ ਦੋਸਤੋ ਕੀ ਹਾਲ ਹੈ ਸਭ ਠੀਕ ਠਾਕ ਹੋ ਲਓ ਜੀ ਅਸੀਂ ਇਸਲਾਮਾਬਾਦ ਜਾ ਰਹੇ ਹਾਂ ਮੌਸਮ ਦੇ ਹਾਲ ਦੱਸਣ ਲੱਗਾ ਹਾਂਜੀ ਅਤੇ ਭਾਈ ਕਾਲੇ ਨਾਲ ਨਾ ਇਸਦੀ ਅੰਬੈਸੀ ਜਾਣਾ ਸੀ ਅਤੇ ਮੈਨੂੰ ਕਹਿ ਰਹੇ ਸਾਂ ਕਿ ਜਨਾਬ ਤੁਸੀਂ ਮੇਰੇ ਨਾਲ ਜਾਣਾ ਲਾਜ਼ਮੀ ਅਤੇ 3 ਵਜੇ ਅਸੀਂ ਤਿਆਰ ਹੋ ਕੇ ਅਤੇ ਨਿਕਲਿਆ ਸਾਂ ਘਰੋਂ ਮਾਸ਼ਾਅੱਲਾ ਅਸੀਂ ਸੁਹਾਵਾ ਦੇ ਕਰੀਬ ਪਹੁੰਚ ਚੁੱਕੇ ਹਾਂ ਤਾਂ ਅੱਜ ਇਨਸ਼ਾਅੱਲਾ ਤੁਹਾਨੂੰ ਮੁਕੰਮਲ ਵੀਡੀਓ ਦਿਖਾਵਾਂਗੇ ਮਾਮਲੇ ਸਰਕਾਰ ਵੀ ਜਾਵਾਂਗੇ ਇਤਿਹਾਸ ਇਨਸ਼ਾਅੱਲਾ ਦੇਵਾਂਗੇ ਅਤੇ ਉਸ ਤੋਂ ਬਾਅਦ ਅੰਬੈਸੀ 'ਚ ਕਿਉਂਕਿ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਅੰਦਰ ਇਹ ਜਮ੍ਹਾਂ ਕਰਵਾਉਣਾ ਪੈਂਦਾ ਅਤੇ ਵੇਖੋ ਅੱਜ ਭਾਈ ਜ਼ਕਰੀਆ ਸਾਹਿਬ ਨੇ ਭਾਈ ਕਾਲੇ ਨੇ ਆਪਣੇ ਜਿਹੜੇ ਨਾ ਪੇਪਰ ਜਮ੍ਹਾਂ ਕਰਵਾਏ ਸਨ ਜਿਹੜੀ ਸੁਰਤਾਲ ਬਣਦੀ ਮੁੰਡ ਨਾਲ ਲੈ ਆਇਆ ਅਗਲੀ ਸੁਰਤਾਲ ਜਿਹੜੀ ਨਾ ਉਹ ਫਿਰ ਹੁਣ ਇਹ ਦੱਸੇਗਾ ਕਿਨੋ ਹਾਰੇ ਬਾਗੋ ਬਹਾਰ ਨਾ ਤੁਸੀਂ ਯਕੀਨ ਕਰੋ ਡਰਾਈਵਿੰਗ ਜਿਹੜੀ ਨਾ ਇਹਦੇ ਕੋਲ ਅਗਰ ਜਹਾਜ਼ ਹੋਏ ਨਾ F-16 ਜਹਾਜ਼ ਹਾਂਜੀ ਉਹ ਵੀ ਚਲਾ ਦਿੰਦਾ ਜੇ ਔਰ ਯਕੀਨ ਕਰੋ ਬਿਲਕੁਲ ਜਿਹੜਾ ਨਾ ਹੁੰਦਾ ਨਾ ਕੰਨ ਇਹ ਆਵਾਜ਼ ਜਿਹੜੀ ਸਮਾਜ ਦੇ ਬਿਲਕੁਲ ਮਹਰੂਮ ਹੈ ਸਮਾਜ ਤੋਂ ਕੋਈ ਲੈਣ ਦੇਣ ਨਹੀਂ ਸਮਾਜ ਵਾਲਾ ਲੇਕਿਨ ਅਸੀਂ ਨਾ ਆਪ ਬੈਠੇ ਤਾਂ ਡਰਨੇ ਪਏ ਯਾਰ ਲਾ ਖੈਰ ਕਰੀਏ ਖਰੀਦਣਾ ਅਸੀਂ ਪਹੁੰਚ ਜਾਈਏ ਅਤੇ ਖਰੀਦਣਾ ਵਾਪਸ ਆ ਜਾਈਏ ਹਾਂਜੀ ਅਤੇ ਗੱਡੀ ਜਨਾਬ ਵੇਖੋ ਤੁਸੀਂ ਕਿਸੇ ਚੀਜ਼ ਨੂੰ ਮਾਫ਼ ਨਹੀਂ ਕਰਦਾ ਪਿਆ ਹਾਲਾਤ ਹਾਂਜੀ ਪਿੱਛੋਂ ਜਾਂ ਸਾਊਂਡ ਆਵਾਜ਼ ਹਾਰਨ ਕੋਈ ਨੂੰ ਸਮਾਤ ਜਿਹੜੇ ਨੂੰ ਸੁਣਾਈ ਨਹੀਂ ਦਿੰਦੀ ਪਈ ਇਹ ਇਸ ਟਾਈਮ ਜੀ ਚਕਵਾਲ ਸੁਹਾਵਾ ਇਸ ਸਾਈਡ ਦਾ ਸੁਹਾਵਾ ਜੀ ਇਹ ਚਕਵਾਲ ਜਾਣਾ ਰੋਡ ਜਾਂਦਾ ਉਸ ਸਾਈਡ 'ਤੇ ਪਹੁੰਚ ਗਏ ਹਾਂ ਅਤੇ ਹੁਣ ਗੁੱਜਰ ਖਾਂ ਦੀ ਸਾਈਡ ਮੂੰਹ ਕਰ ਲਿਆ ਜੀ ਅਸਾਂ 16 ਕਿਲੋਮੀਟਰ ਗੁੱਜਰ ਖਾਂ ਰਹਿ ਗਿਆ ਜੀ ਦਾ ਦਿਆ ਬੰਦਿਆ ਕਿਤੇ ਸਕੂਨ ਨਾਲ ਜਾਣ ਦੇ ਤੇਰੀ ਬੜੀ ਮਿਹਰਬਾਨੀ ਐਂ ਵੇਖੋ ਜਨਾਬ ਤੁਸੀਂ ਇਹਦੀ ਸਪੀਡ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਮੈਨੂੰ ਨਹੀਂ ਪਤਾ ਤੂੰ ਚੁੱਪ ਕਰ ਜਾ ਹੁਣ ਚੱਲਾਂ ਨਾ ਘਰ 120 ਦੀ ਸਪੀਡ ਨਾਲ ਮਾਸ਼ਾਅੱਲਾ ਜੀ ਗੱਡੀ ਚਲਾ ਰਹੇ ਜੀ ਤਕਰੀਬਨ ਕਿਉਂ ਜੀ ਹਾਂਜੀ ਤੁਸੀਂ ਇਹ ਦੇਖ ਸਕਦੇ ਹੋ ਤੁਸੀਂ
ਇਹ ਮੈਨੂੰ ਪਤਾ ਹੈ ਕਿ ਇਹਨੂੰ ਜਹਾਜ਼ ਦਿੱਤਾ ਹੈ ਨਾ ਜਫ 16 ਹਾਂਜੀ ਹਾਂਜੀ ਇਹ ਤਬਾਈਆਂ ਮੁੰਡੇ ਜਹਾਜ਼ ਨਹੀਂ ਤਬਾਈਆਂ ਕਰਦੇ ਹਾਂ ਕਿਉਂ ਭਾ ਬਿਲਕੁਲ ਜਹਾਜ਼ ਨੇ ਤਬਾਈਆਂ ਕਰਦੇ ਜਨਾਬ ਵੇਖੋ ਤੁਸੀਂ ਇਹ ਗੱਡੀਆਂ ਨੂੰ ਵੇਖੋ ਤੁਸੀਂ ਜਨਾਬ ਮੈਨੂੰ ਲੱਗਦਾ ਕਿ ਇਹ ਸ਼ਹਿਰ ਚ ਨਾ ਲਾਈਨ ਥੱਲੇ ਕਰਨਾ ਹੀ ਨਹੀਂ ਨਹੀਂ ਜੀ ਤੋਬਾ ਯਾ ਅੱਲਾ ਤੋਬਾ ਸੁਬਾ ਸੁਬਾ ਦਾ ਤੁਹਾਨੂੰ ਵਿਊ ਵੀ ਦਿਖਾ ਰਿਹਾ ਜੀ ਚਕਵਾਲ ਕਰਾ ਚੌਕ ਕ੍ਰਾਸ ਕਰਕੇ ਅੱਗੇ ਗੁਜਰ ਖਾਨ ਤੁਰ ਪਏ ਹਾਂ ਅਸੀਂ ਇਹ ਤੁਹਾਨੂੰ ਹੁਣ ਦਿਖਾ ਰਹੇ ਹਾਂ ਇਲਾਕਾ ਗੁਜਰ ਖਾਨ ਦਾ ਇਸ ਇਲਾਕੇ ਦੀ ਗੁਜਰ ਖਾਨ ਦੀ ਸਾਡੇ ਮੂੰਗਫਲੀ ਬੜੀ ਮਸ਼ਹੂਰ ਹੈ ਕਿਉਂ ਜੀ ਹੋਰ ਤਾਂ ਪਤਾ ਕੋਈ ਸਾਨੂੰ ਕੋਈ ਨਹੀਂ ਗੁਜਰ ਖਾਨ ਦੀਆਂ ਰਿਓੜੀਆਂ ਅਤੇ ਗੁਜਰ ਖਾਨ ਦੀ ਮੂੰਗਫਲੀ ਕਿਉਂ ਭਾ ਬੜੀ ਮਸ਼ਹੂਰ ਹੈ ਕਰ ਲਓ ਜਨਾਬ ਜਿਹੜੀ ਕੱਟਾ ਮਾਰਦਾ ਜੇ ਪਿਆ ਵੇਖੋ ਕਿਆ ਬਾਤ ਹੈ ਤੇਰੀ ਅੱਲਾ ਖੈਰ ਕਰੇ ਖਰੀਦ ਨਾਲ ਤੂੰ ਸਾਨੂੰ ਲੈ ਜਾ ਅਤੇ ਖਰੀਦ ਨਾਲ ਵਾਪਸ ਅਸੀਂ ਆ ਜਾਈਏ ਸਹੀ ਹਾਂਜੀ ਅੱਲਾ ਖੈਰ ਕਰੇ ਜੀ ਉਹ ਵਾਪਸ ਹੀ ਜਾਣਾ ਪੈਣਾ ਕਹਿੰਦੇ ਨੇ ਇਹ ਤਾਂ ਨਹੀਂ ਆਉਂਦਾ ਹੀ ਪਿਆ ਨਹੀਂ ਵੈਸੇ ਅੱਗੇ ਬਣੀ ਦੀ ਉਹ ਲੋਕੀ ਉੱਥੇ ਵੀ ਆਉਂਦੇ ਨੇ ਇੱਥੇ ਵੀ ਆਉਂਦੇ ਨੇ ਜਗ੍ਹਾ ਨੇ